ਆ ਸਰਬੰਸੰਗ ਪੰਦੇ ਕਿਸਾਨ ਮਜ਼ਦੂਰ ਸੰਘ ਕਮਿਟੀ ਦਾ ਸੂਬਾ ਜਨਸਕਤਰ ਬੋਲਦਾ ਜੀ ਸਾਰੇ ਦੇਸ਼ ਵਾਸੀਆਂ ਖਾਸ ਕਰਕੇ ਪੰਜਾਬੀਆਂ ਨੂੰ ਬੇਨਤੀ ਆ 50 ਤੋਂ ਉੱਪਰ ਥਾਵਾਂ ਤੇ ਜਥੇਬੰਦੀ ਵੱਲੋਂ ਜਾਮ ਪੂਰੀ ਤਰ੍ਹਾਂ ਕਰਨ ਦੀਆਂ ਰਿਪੋਰਟਾਂ ਆ ਰਹੀਆਂ ਇਹਨਾਂ ਨੂੰ ਵੱਧ ਵੀ ਸਕਦੀਆਂ ਨੇ ਇਸ ਕਰਕੇ ਅੱਜ ਪੰਜਾਬ ਵਿੱਚ ਹਜ਼ਾਰਾਂ ਥਾਵਾਂ ਤੇ ਜਾਮ ਲੱਗਣ ਨੇ ਸਾਰੇ ਪੰਜਾਬੀਆਂ ਨੂੰ ਜਥੇਬੰਦੀਆਂ ਨੂੰ ਨੌਜਵਾਨਾਂ ਨੂੰ ਟਰੇਡ ਜਥੇਬੰਦੀਆਂ ਨੂੰ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਤਕੜੇ ਹੋ ਕੇ ਇਸ 1203 ਦੇ ਬੰਦ ਨੂੰ ਸਫਲ ਕਰੋ ਸਾਰੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾਵੇ ਇਹਦੇ ਨਾਲ ਜਿਵੇਂ ਬੈਰੀਕੇਡ ਕੀਤੀ ਗਈ ਹੈ ਜਿਵੇਂ ਬਿਜਲੀ ਪਾਣੀ ਸਿਹਤ ਵਾਲਾ ਜਿਵੇਂ ਬਾਹਰ ਅੰਦਰ ਜਾਣ ਦੀਆਂ ਹੋਰ ਲੋੜਾਂ ਨੈਟ ਬੰਦ ਕੀਤਾ ਉਹਨੂੰ ਸਾਰਿਆਂ ਨੂੰ ਬਹਾਲ ਕਰਨ ਦੀਆਂ ਮੰਗ ਕੀਤੀ ਜਬੇ ਖੇਤੀ ਦੇ ਤਿੰਨ ਕਾਨੂੰਨ ਮੁਕੰਮਲ ਰੱਦ ਕੀਤੇ ਜਾਣ ਸਰਕਾਰ ਦੀ ਸਾਜ਼ਿਸ਼ ਕਿਤੇ ਨਹੀਂ ਕਾਮ ਜਾਵੰਗੀ ਸਾਰੇ ਸੰਗਠਨਾਂ ਦਾ ਇਹ ਤਾਂ ਥੱਲੇਉ ਸਮਝੌਤਾ ਨਹੀਂ ਹੋਣਾ ਮਾ ਇਹ ਤੋਂ ਗਾਂ ਸਾਰੀਆਂ ਫਸਲਾਂ ਤੇ ਖਰੀਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਓ ਪ੍ਰਦੂਸ਼ਣ ਵਾਲਾ ਬਿਜਲੀ ਐਕਟ ਦੇ ਰੱਦ ਕਰਨ ਦੀ ਮੰਗ ਕੀਤੀ ਜਾਵੇ ਜਿਵੇਂ ਖੇਤੀ ਮੰਤਰੀ ਤੋਮਰ ਜੀ ਬੋਲ ਰਹੇ ਨੇ ਖੂਨ ਦੀ ਖੇਤੀ ਦੀਆਂ ਗੱਲਾਂ ਕਰ ਰਹੇ ਨੇ ਇਹੋ ਜਿਹੇ ਬਿਆਨਾਂ ਦੀ ਨਿੰਦਿਆ ਕਰੋ ਜ਼ਿੰਮੇਵਾਰ ਬੰਦਿਆਂ ਨੂੰ ਅਜਿਹੇ ਬਿਆਨ ਨਹੀਂ ਛੋਪਦੇ ਹੈਗੇ ਇਹਦੇ ਨਾਲ-ਨਾਲ ਤੁਸੀਂ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਔਰ ਇਸ ਬੰਦ ਵਿੱਚ ਲੱਖਾਂ 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 ਲੋਕਾਂ ਦਾ ਸ਼ਾਮੂਲਿਤ ਕਰੋ ਇਸੇ ਤਰ੍ਹਾਂ ਜਿਉ ਸਿਮਸ ਜਿਹੜੇ ਰਿਲਾਇੰਸ ਇੰਡੀਆ ਦੇ ਪ੍ਰੋਡਕਟ ਆ ਕਾਰਪੋਰੇਟ ਘਰਾਣਿਆਂ ਦਾ ਬਾਈਕਟ ਸਭ ਤੋਂ ਵੱਡਾ ਅੰਦੋਲਨ ਐ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਕਾਮਯਾਬ ਕਰੋ ਔਰ ਤੁਸੀਂ ਵੇਖੋਗੇ ਇਹ ਇਹ ਜਿਹੜਾ ਅੱਜ ਦਾ ਅੰਦੋਲਨ ਐ ਇਨੇ ਸਰਕਾਰ ਦੀਆਂ ਜੜਾ ਹਾਲਾਤੀਆਂ ਜਿਵੇਂ ਅੰਤਰਰਾਸ਼ਟਰੀ ਭਾਈਚਾਰੇ ਦਾ ਦਬਾਅ ਪੈ ਰਿਹਾ ਸਰਕਾਰ ਤੇ ਦਬਾਕ ਘਬराई ਵੀ ਹੋਈ ਆ ਡਰੀ ਵੀ ਹੋਈ ਆ ਅੰਦੋਲਨ ਪੂਰੀ ਤਰ੍ਹਾਂ ਪੀਸਫੁਲੀ ਆ ਗਾਂ ਵੀ ਪੀਸਫੁਲੀ ਰਹੂਗਾ ਚੜ੍ਹਦੀ ਕਲਾ ਚ ਜਿਹੜਾ ਮੋਰਚਾ ਵਾ ਸਾਰੇ ਸੰਗਠਨਾਂ ਦੀ ਕੋਸ਼ਿਸ਼ ਆ ਨਾ ਇਹ ਜਿੱਤ ਕੇ ਜਾਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ